ਕੱਟੀ ਆ ਜਾਂ ਕੱਟਿਆ ਇਹ ਮੰਜੀ ਨਾਲ ਦੁੱਧ ਪੀ ਰਿਹਾ ਬਾਕੀ ਇਹ ਸਭ ਬਹੁ ਹੈ ਇਹ ਜੀ ਮੰਜੀਆਂ ਹਾਂ ਸਾਰੀਆਂ ਦੇਸੀ ਆ ਸਾਰੀਆਂ ਦੇਸੀ ਵਿੱਚ ਵਲੈਤੀ ਦੇਸੀ ਪਤਾ ਹੋਇਆ ਮਾ ਚਾਚਾ ਗਾਈਆਂ ਵੀ ਕਿੰਨੀ ਤਾਂ ਆਏਗੀ ਜੀ ਜਿਹੜੀਆਂ ਦੇਸੀ ਗਾਈਆਂ ਸਨ ਸੋ ਚੈੱਕ ਕਰੋ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਗਾਈਆਂ ਹੀ ਆ ਤਾਂ ਚਾਚਾ ਇਹ ਨਸੀਰ ਹੈ ਜੀ ਗਾਈਆਂ ਪਿੱਛੇ ਕਾਬੂ ਹੋਣੀਆਂ ਕੋਈ ਨਹੀਂ ਨਹੀਂ ਮੋਰ ਪੇ ਹੋਣੀ ਸੀ ਕਾਬੂ ਹੋਣਾ ਉਹਨੇ ਅੱਜ ਕੱਲ੍ਹ ਮਾਲ ਡੰਗਰ ਰੱਖਣਾ ਔਖਾ ਹੀ ਗਿਆ ਔਖਾ ਤਾਂ ਹੈ ਪਰ ਕਿਆ ਕਰਿਆ ਜੀ ਕਾਰੋਬਾਰੀ ਨਾ ਕੋਈ ਵੈਲ ਕਿਆ ਕਰ ਜਾ ਜੀ ਬੇੜਾ ਟਾਪਣ ਡੇ ਸਹੀ ਰਿਹਾ ਫਾਇਦਾ ਤਾਂ ਕੋਈ ਨਹੀਂ ਜੀ ਮਾਰੇ ਦੋਸਤੋ ਅਸਲਾਮ ਵਾਲਕੁਮ ਇਨ ਕਰਨਾ ਸਾਡੀ ਠੀਕ ਠਾਕ ਸੋ ਖੁਸ਼ ਬਾਸ਼ ਸੁਲਤ ਆਲਾ ਨੀ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਿਦ ਸ਼ਬੀਰ ਸੋ ਤਕੀਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅੱਜ ਸੋਣੀ ਖਿਦਮਤ ਵਾਲੀ ਫਿਰ ਹਾਜ਼ਰ ਹੋਇਆ ਜੀ ਇੱਕ ਨਈ ਵੀਡੀਓ ਗਈ ਤਾਂ ਇਸ ਵੇਲੇ ਅਸਾਂ ਮੌਜੂਦ ਹਾਂ ਜੀ ਪੰਜ ਮੰਝਾਂ ਨੇ ਅੱਗੇ ਖਲਤੇ ਹਾਂ ਇਹ ਤਾਂ ਮੰਝਾਂ ਵਾਲੇ ਪਿੱਛਾ ਖਲਤੇ ਹੋ ਔਰ ਇਹਨਾਂ ਮੰਝਾਂ ਵਿੱਚ ਇੱਕ ਝੋਟਾ ਵੀ ਆ ਤਾਂ ਔਰ ਇੱਕ ਕੱਟੀ ਵੀ ਆ ਤਾਂ ਸਾਡੇ ਬਹੁਤ ਹੀ ਪਿਆਰੇ ਚਾਚਾ ਹੈ ਉਹਨਾਂ ਆਪਣੇ ਮਾਲ ਮਵੇਸ਼ੀ ਰੱਖੇ ਨਾ ਸਭ ਸਾਡੇ ਡੇਰੇ ਪਰ ਨਾ ਕੁਝ ਸਿਸਟਮ ਹੈ ਅੱਜ ਅਸਾਂ ਮੌਜੂਦ ਹਾਂ ਜੀ ਫੁੱਲ ਦੇਸੀ ਮਾਹੌਲ ਵਿੱਚ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਚਾਚਾ ਕੀ ਹਾਲ ਹੈ ਖੈਰ ਹੈ ਜੀ ਮਾੜੇ ਚਾਚੇ ਨਾਲ ਕਹਿਣਾ ਆ ਸ਼ੇਰਜ਼ਮਾਨ ਜੀ ਸ਼ੇਰਜ਼ਮਾਨ ਕਿਹੜੀ ਜਗ੍ਹਾ ਤੋਂ ਰੈਪਰ ਤੋਂ ਰੈਪਰ ਤੋਂ ਤਾਂ ਇਹ ਜਿਹੜੀਆਂ ਪਿੱਛਾ ਅਸੀਂ ਮੰਝਾਂ ਨਜ਼ਰ ਆਈ ਇਹ ਮਾੜੀਆਂ ਜਨਾਬ ਸਾਨੂੰ ਜ਼ਾਤੀ ਆਪਣੀਆਂ ਹੀ ਜ਼ਾਤੀ ਆਪਣੀਆਂ ਜਨਾਬ ਇਹ ਸਾੜੀਆਂ ਮਿਲੀਆਂ ਆ ਸਾੜੀਆਂ ਮਿਲੀਆਂ ਜਨਾਬ ਸਾੜੀਆਂ ਕਿਤੋਂ ਦੁੱਧ ਦੇਣੀਆਂ ਆ ਦੁੱਧ ਦੇਣੀ ਕੋਈ 8-10 ਕਿਲੋ ਝੋਟਾ ਵੀ ਨਜ਼ਰ ਆਈ ਬਾਕੀ ਕੋਈ ਡੇਰਾ ਸ਼ਰਾ ਵੀ ਬਣਾਇਆ ਨਾ ਜਾਂ ਬਸ ਘਰਾਂ ਨੇ ਕਾਰ ਡੇਰਾ ਸ਼ਰਾ ਕੋਈ ਮੈਂ ਬਣਾਇਆ ਸਾਰੇ ਮੈਂ ਵੱਡੇ ਓਪਨ ਸਿਸਟਮ ਹੈ ਓਪਨ ਸਿਸਟਮ ਹੈ ਮੰਝਾਂ ਜਾਂ ਕੋਈ ਰੱਖਿਆ ਉਹਨੇ ਜਾਂ ਕੋਈ ਨਾਲ ਮੈਂ ਗਈਆਂ ਵੀ ਆਲ ਮਾਰੇ ਗਈਆਂ ਕਿਤੇ ਆ ਰੱਖਿਆ ਉਹਨੇ ਕੋਈ 10 ਡੰਗਰ ਆਲ ਮਾਰੇ ਹਾਂ ਇਹ ਤਾਂ ਨਜ਼ਰ ਨਹੀਂ ਆਈ ਨਾ ਕੁੱਥੇ ਆ ਉਹ ਪਰੇ ਉਧਰ ਪਰਲੀ ਵੇਲੀ ਪਰਲੀ ਵੇਲੀ ਹੋਰ ਵੀ ਮਾਲ ਮਵੇਸ਼ੀ ਬੱਕਰੀਆਂ ਬੱਕਰੀਆਂ ਵੀ ਆ ਊਂਠ ਹੁਣ ਨੇ ਰੱਖੇ ਚਾਚਾ ਕਮੀ ਸਾਂ ਸੀ ਊਂਠ ਕਟਵਾਈ ਟੈਕਸੀ ਵਿੱਚ ਰੱਖੇ ਉਹਨੇ ਟੈਕਸੀ ਸੀ ਸੀ ਟੈਕਸੀ ਉਹ ਚੋਂ ਲਤਾਂ ਲਈ ਚੋਂ ਲਤਾਂ ਲਈ ਕੋਈ ਖੋਤਾ ਖੋਤੀ ਖੋਤਾ ਕਾ ਉਸ ਨੇ ਉਹ ਵੀ ਰੱਖੇ ਨੇ ਕੋਈ ਸਾਰੇ ਕੋਈ ਰੱਖੀ ਰੱਖਿਆ ਜਿਮਦਾਰ ਨੇ ਕੋਈ ਕਾਸੀ ਦੱਸਾਂ ਹੈ ਕੋਣ ਵਾਹ ਚਾਚਾ ਇਹ ਗੱਲ ਸਾਂ ਕੀਤੀ ਆ ਨਾ ਬਾਕੀ ਕੋਈ ਦਾਸ਼ਾਂ ਵੀ ਦਬਾਣੇ ਰਹੇ ਕੋਈ ਦਾਸ਼ਾਂ ਦਬਾਣਾ ਹੈ ਆਹਾਂ ਕੋਈ ਨੰਬਰ ਸ਼ਾਂ ਬੜੀ ਚਾਣੇ ਰਹੇ ਨੰਬਰ ਸ਼ਾਂ ਲੱਭਣਾ ਰਿਹਾ ਕੁਛ ਰੱਖਦਾ ਨਹੀਂ ਲੱਭਣਾ ਰਿਹਾ ਜੋੜਾ ਦਾਨ ਹੋਣਾ ਚਾਹੀਦਾ ਅੱਜ ਕੱਲ੍ਹ ਦੰਦ ਦਬਾਈ ਰਹੇ ਇਸਾ ਤਾਂ ਦਬਾਣੇ ਹੋਣਾ ਉਸ ਵੇਲੇ ਯਾਦ ਰੱਖੋ ਸਿਸਟਮ ਅੱਜ ਕੱਲ੍ਹ ਦੰਦ ਦੌੜੀ ਰਹੇ ਜੀ ਸਿਸਟਮ ਹੀ ਹੈ ਸੀ ਪਰ ਇਸ ਸਿਸਟਮ ਵਿੱਚ ਉਸਕੀ ਫਰਕ ਕਿਸੇ ਫਰਕ ਹੈ ਫਰਕ ਇਹ ਆ ਕਿ ਇਸ ਉਸ ਲਈ ਥੋੜ੍ਹੇ ਰੁਪਈਏ ਨਾਲ ਰਾਜ਼ੀ ਹੋਣਾ ਸੀ ਤਾਂ ਹੁਣ ਦਾਂਦਾਂ ਨੇ ਕੀਮਤ ਦੇ ਦਿਆ ਵਾਲੀ ਜਿਹੜਾ ਨਾ ਬਣਾ 10-20 ਹਜ਼ਾਰ ਰੁਪਈਆ 50 ਕਿੰਨੇ ਛੋਣਾ ਹੀ ਨਹੀਂ ਮੇਲੇ ਜਾਣਾ ਰਿਹਾ ਮੈਂ ਪਾਰ ਪਟਵਾਰ ਜਾਣਾ ਰਿਹਾ ਹਰ ਜਗ੍ਹਾ ਮੈਂ ਜਾਣਾ ਮਗਰ ਉਹ ਵੇਲਾ ਹੁਣ ਇਸ ਲਾ ਹੁਣ ਸਾਡੀ ਹੁਣ ਤਾਂ ਖੁੱਲ੍ਹੇ ਛੋੜ ਦੇਣਾ ਜਾਓ ਜਿਸ ਤਰ੍ਹਾਂ ਮਰਜ਼ੀ ਕਈ ਵਾਰੀ ਹਾਲ ਹੀ ਨਾਲ ਆਉਣਾ ਸੀ ਬਾਗ ਹੀ ਨਾਲ ਲੱਗਾ ਹਾਲ ਹੀ ਦੇਖ ਗਿਆ ਪਿੱਛੇ ਦਾਂਦ ਸਿਰਾ ਲੱਗੀ ਜੀ ਪਰ ਹੁਣ ਸਿਰਾ ਵਾਲੀ ਗੱਲ ਤਾਂ ਨਹੀਂ ਹੁਣ ਅੱਠੋਂ ਆਉਣੇ ਆਟੋ ਭਾਵੇਂ ਮਰਿਆ ਤਾਂ ਭਾਵੇਂ ਜੀਆ ਆਪੋ ਛਾਲ ਮਾਰ ਜਾਣਾ ਛਾਲ ਮਾਰ ਜਾਣਾ ਅੱਜ ਨੇ ਦੌੜ ਤਾਂ ਉਸ ਪੁਰਾਣੇ ਦੌੜ 'ਚ ਕਿਆ ਫਰਕ ਹੈ ਚਾਚਾ ਬਹੁਤ ਫਰਕ ਹੈ ਇਤਨਾ ਫਰਕ ਹੈ ਕਿ ਇਹ ਦੌੜ ਰੁਪਈਆਂ ਨਾਲ ਠੀਕ ਹੈ ਉਹ ਦੌੜ ਰੁਪਈਆਂ ਨਾਲ ਐਸੀ ਬਸ ਥੋੜ੍ਹੀ ਅੱਜ ਖਾਲੀ ਦਾਨ ਦਵਾਈ ਦਾ ਆਉਣ ਨੂੰ ਤਾਂ ਖਾਲੀ ਜੇ ਖਾਲੀ ਜਾਣੀ ਬਿਲਕੁਲ ਜੇ ਅੱਜ ਰੁਪਈਆ ਨਹੀਂ ਲੈਣਾ ਵੇਲ ਦੇਣੇ ਤੁਸੀਂ ਉਹ ਬੰਦਾ ਦੇ ਸਕਦਾ ਮਤਲਬ ਹੈ ਕਿ ਉਸ ਵੇਲੇ ਆਮ ਬੰਦਾ ਵੀ ਦੁਬਈ ਸਕਣਾ ਸੀ ਆਮ ਬੰਦਾ ਆਮ ਬੰਦਾ ਅਸਾਂ ਦੋਨੇ ਮਤਲਬ ਆ ਦੁਬਈ ਨਹੀਂ ਸਕਣਾ ਮੈਂ 10 ਸਾਲ 12 ਮੈਂ ਦੌੜਿਆ ਦਾਨਾ ਨਾਲ ਜੀ ਅੱਛਾ ਆਪੋ ਹੀ ਦੋਨੇ ਰਹੇ ਨਾਲ ਮੈਂ ਆਪੋ ਹੀ ਜਾਨ ਦੋਨਾਂ ਦੇ ਸਾਹਮਣੇ ਦਾਨ ਦਾ ਗਿਆ ਹੋਣਾ ਸੀ ਜਦ ਤੁਸੀਂ ਮੈਂ ਦਾਦਾ ਨਾਲ ਗੱਠੇ ਲਾਉਣੇ ਹੁਣ ਤਾਂ ਕੁਝ ਅਸਾਂ ਤੱਕੇ ਬੰਦੇ ਨੇ ਮਾਲੀ ਦੇਨੇ ਨਾਲ ਟ੍ਰੇਨਿੰਗ ਜਾਂ ਬਹਿ ਰਹੇ ਹੋਣੇ ਉਹਨਾਂ ਨਾਲ ਆਪੋ ਹੀ ਬੈਠੇ ਹੋਣਾ ਨਾ ਜੀ ਉਸ ਦਾ ਅੰਦਰੇ ਦਾਦਾ ਹੀ ਬਾਹਰ ਬਾਗ ਹੀ ਹੋਣਾ ਅੰਦਰ ਹੀ ਬਾਗ ਹੀ ਹੋਣਾ ਉਸ ਨਾਲ ਛੋਣੇ ਹੋਣੇ ਤੋਂ ਅੱਜ ਤੋਂ ਉੱਥੋਂ ਸਿਰੇ ਬਣਾਉਣੇ ਨਾ ਅੱਜ ਹੋਏ ਜਾ ਬਾਕੀ ਇਹ ਸਭ ਬਹੁ ਹੈ ਇਹ ਜੀ ਮੰਝਾਂ ਆ ਹਾਂ ਸਾਰੀਆਂ ਦੇਸੀ ਆ ਸਾਰੀਆਂ ਦੇਸੀ ਵਿੱਚ ਵਲੈਤੀ ਦੇਸੀ ਵੀ ਸੇਮ ਆ ਸੇਮ ਦੁੱਧ ਵਾਲੀਆਂ ਸਾਰੀਆਂ ਸਾਰੀਆਂ ਕਿਤਨਾ ਕੁ ਦੁੱਧ ਆਈ ਹੁੰਦੀਆਂ ਦੁੱਧ ਤਕਰੀਬਨ 2 ਸਾੜੀ 3 ਮੰਝਾਂ ਮਿਲੀਆਂ ਠੀਕ ਹੈ 12-13 ਕਿਲੋ ਦੁੱਧ ਜਦੋਂ ਅਗਲੇ ਨਾਲ ਆਉਣਾ
ਠੀਕ ਵਾ ਜੀ ਸਾੜੀ ਇਹ ਜਿਹੜੀ ਜ਼ਰਾ ਸਾ ਕੋਈ ਘੋੜੇ ਛੋੜੇ ਰੱਖੇ ਦਾਣੇ ਸ਼ਾਣੇ ਰੱਖੇ ਤਾਂ ਉਹਨਾਂ ਵੀ ਦੁੱਧ ਦੁੱਧ ਦੇਣੇ ਸਹੀ ਆ ਦੁੱਧ ਛੋੜਾ ਦਾਣੇ ਦੁੱਧ ਦੇਣੇ ਸੁੱਕਾ ਘਾਹ ਹੀ ਖਾਣੇ ਨਾ 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 ਦੁੱਧ ਦੇਣੇ ਆਮ ਬੰਦਾ ਸੀ ਘਾਹ ਰੱਖੀ ਸਕਦਾ ਅੱਜ ਕੱਲ੍ਹ ਉਹਨੇ ਅੱਜ ਕੱਲ੍ਹ ਮਾਲ ਡੰਗਰ ਰੱਖਣਾ ਔਖਾ ਹੀ ਗਿਆ ਔਖਾ ਤਾਂ ਹੈ ਪਰ ਕਿਆ ਕਰਿਆ ਜੀ ਕਾਰੋਬਾਰੀ ਨਾ ਕੋਈ ਵੈਲ ਕਿਆ ਕਰਦੇ ਬੇੜਾ ਟਾਪਣ ਡੇ ਸਹੀ ਰਿਹਾ ਫਾਇਦਾ ਤਾਂ ਕੋਈ ਇਹ ਚਲੋ ਬੰਦੇ ਹੱਲਾਂ ਦੇਣਾ ਮਾਲ ਪਿੱਛੇ ਠੰਨਾ ਠੁੰਨਾ ਰਹਿਣਾ ਸੌਖਾ ਰਹਿਣਾ ਅਗਰ ਜਿਸ ਬੰਦੇ ਮਾਲ ਮਵੇਸ਼ੀ ਰੱਖਿਆ ਤਾਂ ਠੀਕ ਗੁਜ਼ਾਰਾ ਹੀ ਸਕਣਾ ਆ ਗੁਜ਼ਾਰਾ ਔਖਾ ਹੋਣਾ ਪਰ ਕਿਆ ਕਰਿਆ ਮਜ਼ਬੂਰੀ ਨਾ ਕਰਨਾ ਪੈਣਾ ਨਾ ਤਾਂ ਤੁਸੀਂ ਦੁੱਧ ਸਾਰਾ ਸਾਰਾ ਘਰ ਇਸਤੇਮਾਲ ਕਰਨਾ ਬਾਹਰ ਵੇਚਣਾ ਕੋਈ ਹੈ ਬਾਹਰ ਵੇਚਣਾ ਕੋਈ ਤਾਂ ਅੱਜ ਕੱਲ੍ਹ ਵੈਸੇ ਦੁੱਧ ਦਾ ਰੇਟ ਕਿਆ ਚੱਲੀ ਰਿਹਾ ਦੁੱਧ ਦਾ ਰੇਟ ਚੱਲ ਰਿਹਾ 160 ਰੁਪਇਆ 150 ਰੁਪਇਆ ਠੀਕ ਹੈ ਤਾਂ ਕਿਤਨੀ ਬੰਦਾ ਜਗ੍ਹਾ ਹੋਇਆ ਤਾਂ ਮਾਲ ਮਵੇਸ਼ੀ ਰੱਖੀ ਸਕਣਾ ਹੈ ਜਗ੍ਹਾ ਸਾਫ ਲਓ ਇਤਨੀ ਜਗ੍ਹਾ ਹੋਇਆ ਤਾਂ ਮਾਲ ਰੱਖੀ ਸਕਣਾ ਇਤਨੀ ਜਗ੍ਹਾ ਹੋਇਆ ਇੱਕ ਬੀਘਾ ਹੋ ਸੀ ਹੈ ਡੇਢ ਉੱਪਰ ਬੀਘਾ ਜਗ੍ਹਾ ਹੋਇਆ ਤਾਂ ਬੰਦਾ ਮਾਲ ਮਵੇਸ਼ੀ ਬਸ ਮਾਲ ਰੱਖੀ ਸਕਣਾ ਉਹਨਾਂ ਨੇ ਜਗ੍ਹਾ ਬਣਾਉਣੀ ਪੈਣੀ ਹੈ ਇਹ ਇਹ ਨਹੀਂ ਖਾਲੀ ਮਾਲ ਰੱਖਣਾ ਪੈਣਾ ਇਹਨਾਂ ਨੇ ਮਤਲਬ ਪੱਛਣ ਬਣਾਉਣਾ ਪੈਣਾ ਇਹਨਾਂ ਨੇ ਕੁਰਲੀਆਂ ਬਣੀਆਂ ਫਿਰ ਉੱਥੇ ਰਹਿਣਾ ਆਪਣਾ ਡੇਰਾ ਸਿਰਫ ਬਣਨਾ ਸਿਰਫ ਡੇਰਾ ਬੰਦਾ ਬੜਾ ਜਿਹੜਾ ਜ਼ਰਾ ਚਾਚਾ ਇਹਨਾਂ ਵਾਸਤੇ ਐਕਸਟਰਾ ਜਗ੍ਹਾ ਵੀ ਚਾਹੀਦੀ ਸੀ ਜਿਹੜਾ ਬੰਦਾ ਪੱਠੇ ਛੱਟੇ ਵੀ ਲੈ ਪੱਠੇ ਛੱਟੇ ਲੈ ਬਿਲਕੁਲ ਤਾਂ ਸੁੱਕਾ ਪੋਹ ਤਾਂ ਸਿਆਲ ਜੀ ਉਹ ਬਹਿ ਸਕਣਾ ਆ ਨਹੀਂ ਸਕਣਾ ਜੀ ਉਹਨੇ ਸੁੱਕੇ ਪੱਠਿਆਂ ਨਾਲ ਤਾਂ ਜਾਨਵਰਾਂ ਦੀ ਤਾਕਤ ਨਹੀਂ ਸਹੀ ਪੈਣੀ ਨਾ ਜੀ ਨਾ ਖਲ ਵਾਲਾ ਵੈ ਤਾਂ ਤਾਕਤ ਪੈਣੀ ਹੈ ਕਿਹੜਾ ਬੰਦਾ ਆਰਾਮ ਨਹੀਂ ਪੈਣੀ ਉਹਨੇ ਅੱਜ ਕੱਲ੍ਹ ਖਾਲੀ ਮਿਲਾਵਟ ਵਾਲੀ ਹੁੰਦੀ ਹੈ ਖਲ ਮਿਲਾਵਟ ਵਾਲੀ ਪਾਉਂਦਾ ਪਰ ਖਲ ਵੀ ਇਸਲਾ 35-36 ਹੋਣੀ ਬੋਰੀ ਹੈ 12-14 ਸਿਰ ਖਲ ਹੋਣੀ ਵਾਲੀ ਅਗਰ ਬੰਦਾ ਦੇਸੀ ਆਪਣੀ ਖਲ ਘਰ ਬਣਾਉਣਾ ਚਾਹੇ ਕਿਆ ਬੰਦਾ ਫਿਰ ਘਰ ਬਣਾ ਕਿਸੇ ਘਰ ਦੇਸੀ ਖਲ ਨਹੀਂ ਬਣਨੀ ਦੇਸੀ ਖਲ ਉਹ ਬਣੀ ਜਿੰਨਾ ਬਾਹਰ ਲਾਏ ਉਹ ਬਣਾ ਸਕਣਾ ਮਤਲਬ ਖਲ ਵਾਲੀ ਜਗ੍ਹਾ ਜਿਹੜੀ ਬੰਦਾ ਕੋਈ ਚੀਜ਼ ਇਸਤੇਮਾਲ ਕਰ ਸਕੇ ਇਸਤੇਮਾਲ ਖਲੂੜ ਨਹੀਂ ਹੈ ਕਰ ਸਕਣਾ ਮਿਸਾਲ ਹੈ ਆਪਣਾ ਬਾੜੀ ਆ ਉਸਨੇ ਰਹੀ ਗਿਆ ਬਾੜ ਚੜੋ ਪੀੜਸਨ ਪਾੜਸਨ ਉਹ ਦੂਰ ਹੋ ਜਾਏ ਪੈਸੀ ਅਤੇ ਇਹ ਅੱਜ ਕੱਲ੍ਹ ਉਹ ਰਿਵਾਜ਼ ਨਹੀਂ ਹੈ ਜਾਣਾ ਤਾਂ ਬਾਜ਼ਾਰਾਂ 'ਚ ਕਿਹੜੀ ਖਲ ਅਸੀਂ ਮੰਨੀ ਬਹਿਣਾ ਆਪਣਾ ਟਾਈਮ ਪਾਸ ਕਰੀਏ ਲੋਕ ਚਾਚਾ ਜੁਮਾਂ ਨਹੀਂ ਖਲ ਬਾਣੇ ਜਮਾਂ ਖਲ ਜੁਮਾਂ ਪੈਣੀ ਆ ਸਰੋ ਪੈਣੀ ਆ ਜਨਾਬ ਦੇ ਬਣ ਦੇਸੀ ਨਹੀਂ ਆ ਜਾਣੀ ਜੇ ਆ ਹੀ ਜਾਣੀ ਆ ਦੇਸੀ ਹੈ ਦੇਸੀ ਹੈ ਨਾ ਸਰਿਓ ਜੀ ਹੋਰ ਤਾਂ ਕੋਈ ਮਤਲਬ ਹੈ ਦੇਸੀ ਉਸ ਬਾਅਦ ਲੋਕ ਬਾਣੇ ਆਪਣੇ ਬੇਰੇ ਨੇ ਦਾਣੇ ਬਜਰਾ ਇਹ ਘਰ ਨਹੀਂ ਖਰਾਕ ਹੈ ਨਾ ਬਣਾ ਦੇਸੀ ਮੋਲ ਜੀ ਕਹਿ ਜਾਇਆ ਦੇਸੀ ਮੋਲ ਜੀ ਐਸਨਾ ਬਜਰਾ ਬਸ ਹੋਰ ਵੈਰ ਤੋਂ ਵਰਗ ਕੀ ਜੀ ਤਾਂ ਬਾਕੀ ਉਹ ਸਰੀਆਂ ਨੇ ਤਾਂ ਜੁਮਾਂ ਨਹੀਂ ਖਾਲਾ ਬਸ ਹੀ ਹੈ ਹੋਰ ਇਹ ਜਿਹੜੀ ਹੁਣ ਖਲਾਂ ਬਾੜੇ ਤੁਰੇ ਮਿਸਾਲ ਹੈ ਇਹ ਨਵੇਂ ਨਵੇਂ ਕੰਮ ਨਵੇਂ ਨਵੇਂ ਮੋਸ਼ਨ ਚਾਚਾ ਸੋਈ ਖਲ ਛਲ ਬਈ ਰਿਹਾ ਕੋਣੀ ਅਜਾ ਬਾਣੇ ਨਾ ਬਾਕੀ ਨਾ ਕਿ ਦੁੱਧ ਸ਼ੁੱਧ ਬਦਨਾ ਚਰਵਾ ਹਾਂਜੀ ਮਾਸ ਵੀ ਚੰਨਾ ਹੈ ਕੋਣੀ ਮਾਸ ਚੰਨਾ ਨਹੀਂ ਕੋ ਜਾਣੇ ਨਾ ਦੁੱਧ ਸ਼ੁੱਧ ਕੋਣੀ ਬਦਨਾ ਆ ਨਾ ਦੱਸੀ ਰਹੇ ਨਾ ਮੈਂ ਦੱਸੀ ਸੀ ਕਰ ਸੇ ਤਾਂ ਦੇ ਪਾਣੀ ਬਹੁਤ ਸਕਦੀ ਨਹੀਂ ਚਾਚਾ ਹੁਣ ਮੰਝਾਂ ਕੋ ਜਾਈ ਰਹੀਆਂ ਆ ਇਹ ਜਿਹੜੀਆਂ ਹੁਣ ਕਾਰ ਦੇ ਰਹਿ ਹਾਂ ਚਾਈ ਰਹੇ ਕੋਣੀ ਅਜਾ ਕੋਣੀ ਇਹ ਚੋਸ ਹੋ ਜਾ ਰਹੇ ਹੁਣ ਇਹ ਤਾਂ ਨਸੀਆਂ ਨੇ ਚਾਚਾ ਇਹਨਾਂ ਅੱਗੇ ਨਾਲ ਨਾ ਨਾ ਪੱਟੀ ਕਰਨਾ ਨਹੀਂ ਹੈ ਇਹਨਾਂ ਖਰਚਾ ਐਕਸਟਰਾ ਹੋ ਗਿਆ ਨਾ ਤਾਂ ਕਿ ਸੜਾ ਮੈਂ ਬਾਲ ਲਈ ਪਾ ਅੱਗੇ ਮਹਿੰਗਾਈ ਹੋ ਗਈ ਹੈ ਅੰਨੇ ਭਾਈ ਤਾਂ ਅੱਗੇ ਹੈ ਨਾ ਰੋਣੇ ਤਾਂ ਅੱਗੇ ਹਰ ਬੰਦਾ ਹੀ ਹੈ ਚਾਚਾ ਤਾਂ ਕੁੱਤਾ ਵੀ ਨਾਲ ਸਾ ਰੱਖਿਆ ਹੋਇਆ ਕਾਲਾ ਜਿਹਾ ਪਤਾ ਹੀ ਨਹੀਂ ਲੱਗਾ ਕੁੱਤਾ ਵੀ ਨਾਲ ਆਇਆ ਸੀ ਯਾਰ ਮੈਂ ਸਮਝ ਆਇਆ ਮੰਜੀ ਨਾ ਕੋਈ ਬੱਚਾ ਹੈ ਨਿਕਾ ਜਾ ਮੰਜੀ ਨੇ ਬੱਚਾ ਹੀ ਨਿਕਾ ਸਮਝ ਲਿਆ ਮੰਜੀ ਦੇ ਬਗੈਰ ਜਾਣਾ ਹੀ ਨਾ ਗਿਆ ਅਸਾਂ ਤੱਕ ਹੀ ਸਕਣੇ ਆ ਜੀ ਕੱਟੀ ਆ ਜਾਂ ਕੱਟਿਆ ਇਹ ਮੰਜੀ ਨਾਲ ਦੁੱਧ ਪੀ ਰਿਹਾ ਤਾਂ ਮੰਜੀ ਨੇ ਸਾਂ ਸਿੰਘ ਤੱਕ ਮੰਜੀ ਨੇ ਸਿੰਘ ਜਿਹੜੇ ਆਏ ਨਾ ਹੋੜੀ ਕਿਆ ਹੋੜੀ ਮੰਜ ਇਹਨਾਂ ਨੇ ਜਿਹੜੇ ਸਿੰਘ ਹੋਣੇ ਉਹ ਬੁਨ ਹੋਣੇ ਬਾਕੀ ਸਿੰਘ ਅੱਖਾਂ ਸਾਂ ਚੈੱਕ ਕਰੋ ਬਿਲੀਆਂ ਅੱਖਾਂ ਆਈਆਂ ਇਸ ਸਣੀਆਂ ਪੰਜ ਕਲਾਣ ਹੈ ਪੰਜ ਕਲਿਆਣ ਉਹ ਪਹਾੜੀ ਮੰਝਾਂ ਆਈਆਂ ਜੀ ਜ਼ਹਿਰੇ ਨਹੀਂ ਹੁਣ ਘਾੜ ਕਿੰਨੀ ਹੈ ਨਹੀਂ ਪੱਠੇ ਛੋਟੇ ਬਹਿ ਨੇ ਝੋਣੇ ਲਈ ਮੰਝਾਂ ਸੰਤਾ ਇੰਨੇ ਕਿ ਚੋਇਆ ਨੇ ਦੁੱਧ ਸ਼ੁੱਧ ਕੱਢੀ ਕਿੰਨਾ ਤਾਂ ਬਾਕੀ ਹੋਣੇ ਛੋੜੀ ਨੇ ਕੱਟੀ ਆ ਭੜਕਾ ਕੇ ਦੁੱਧ ਪੀ ਕਿੰਨਾ ਚਾਚਾ ਮੰਝਾਂ ਸਾਂ ਤਾਂ ਘਾੜ ਭੇਜੀ ਹੋਈਆਂ ਹਾਂ ਗਾਈਆਂ ਸਾਂ ਚੱਕ ਰਹੀਆਂ ਗਾਣੀ ਹਾਂ ਗਾਈਆਂ ਬੱਕਰੀਆਂ ਤਾਂ ਇੱਥੇ ਹੀ ਫਿਰਨੀਆਂ ਵੀ ਬੱਕਰੀਆਂ ਵੀ ਮਾਲੇ ਪੰਜ ਹੀ ਆ ਇੱਥੇ ਪੰਜ ਤਾਂ ਕਿਹੜੀ ਕਿਹੜੀ ਨਸਲ ਨਹੀਂ ਕਈ ਨਸਲ ਲੱਗਣੀ ਮਿਕੀ ਕਈ ਨਸਲ ਨਹੀਂ ਕੋਈ ਸਿੰਧੀ ਨਸਲ ਹੈ ਕੋਈ ਦੂਈ ਹੈ ਹਾਂ ਇਹ ਸੁਨਾੜੀਆਂ ਸਾਰੀਆਂ ਹਾਂ ਸਾਰੀ ਸੁਨਾ ਤਾਂ ਚਾਚਾ ਸਾਂ ਦੁੱਧ ਕਿਸਾ ਹੋਣਾ ਦੁੱਧ ਚੰਗਾ ਹੋਣਾ ਇਹ ਸਾੜੀਆਂ ਸਹਿਤ ਰਹੀਆਂ ਕੋਈ ਮਰ ਲਈ ਬਰੋਟੇ ਛੋਟੇ ਸਾਂ ਵਿੱਚ ਹੋਏ ਬਰੋਟੇ ਛੋਟੇ ਵਿੱਚ ਹੋਏ ਤਾਂ ਹੋਇਆ ਮਾ ਚਾਚਾ ਗਾਈਆਂ ਵੀ ਕਿੰਨੀ ਤਾਂ ਆਏਗੀ ਜੀ ਜਿਹੜੀਆਂ ਦੇਸੀ ਗਾਈਆਂ ਸਨ ਸਾਂ ਚੈੱਕ ਕਰੋ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਗਾਈਆਂ ਹੀ ਆ ਤਾਂ ਚਾਚਾ ਇਹ ਨਸੀਰ ਹੈ ਜੀ ਗਾਈਆਂ ਪਿੱਛਾ ਕਾਬੂ ਹੋਣੀਆਂ ਕੋ ਨਹੀਂ ਨਹੀਂ ਮੋਰ ਪੇਜ ਹੋਣੀ ਸੀ ਕਾਬੂ ਹੋਣਾ ਚਾਚਾ ਹੁਣ ਇਹਨਾਂ ਲਪਰੋ ਹੈ ਇਹ ਹੁਣ ਘਰ ਹੀ ਜਸਨ ਜ਼ਹਿਰਾ ਕਿਲੀਆਂ ਵੀ ਜਸਨ ਕੁਦਰ ਜਸਨ ਹੈ ਤਾਂ ਗਾਈਆਂ ਕਿਹੜੀਆਂ ਰੱਖੀਆਂ ਸੋ ਗਾਈਆਂ ਦੇਸੀ ਰੱਖੀਆਂ ਨੇ ਚਾਚਾ ਬਲੈਤੀ ਕਿਹੜੀ ਰੱਖੀ ਸੋ ਬਲੈਤੀ ਨਾ ਰੱਖੀ ਕੀਆਂ ਨਾ ਬਲੈਤੀ ਸਾਡੇ ਕੋਲ ਸਮਾਂ ਆਉਣੀ ਅਸਾਂ ਇਹ ਆਪਣੇ ਰੱਖੀ ਡੰਗਰ ਜਿਹੜੇ ਮਤਲਬ ਅਸਾਂ ਅਰੇ ਬਲੈਤੀ ਜਿਹੜੀ ਗਾਂ ਹੋਣੀ ਆ ਉਹ ਮੰਨ ਲਈ ਇਤਰੀਆਂ ਮੰਝਾਂ ਤੱਕ ਉੱਪਰ ਹੋਣੀ ਆ ਜੀ ਠੀਕ ਹੈ ਅੱਛਾ ਉੱਪਰ ਇਹ ਮੰਨੇ ਆ ਇਹ ਵਾਕਈ ਸੱਚੀ ਗੱਲ ਖਾਣੀ ਸਾਦਾ ਦੁੱਧ ਵੀ ਸਾਦਾ ਨਹੀਂ ਖਾਣੀ ਸਾਰਾ ਇਹ ਮਾਲ ਜਿਹੜਾ ਨਾ ਸੌਖਾ ਸਾਦਾ
ਇਹਨੇ ਜਿੱਥੇ ਮਰਜ਼ੀ ਆ ਛੜਿਓ ਤੇ ਮਰਜ਼ੀ ਆ ਮੈਰੇ ਗੁਜ਼ਾਰੀ ਜਰਾ ਜਿਤਨੀ ਸੋ ਮਹਿੰਗੀ ਰਖਸੋ ਹੈ ਹਾਂ ਉਸਾ ਸਿਸਟਮ ਹੀ ਜ਼ਰਾ ਸੋ ਮਹਿੰਗਾ ਸੀ ਬੰਦਾ ਕੋਈ ਮਾਲ ਮਵੇਸ਼ੀ ਰੱਖਣਾ ਚਾਹਣਾ ਆ ਤਾਂ ਕੋਲ ਦਾ ਰੁਪਿਆ 10 ਰੁਪਏ ਸਾਲ ਨਹੀਂ ਮਾਰਨੋ ਨਹੀਂ ਰੁਪਿਆ ਨਹੀਂ ਕੀ ਚੀਜ਼ ਲਵੇ ਲਬਣੀ ਨਹੀਂ ਗੁਣਨਾ ਚਾਹਣਾ ਇਹ ਹੈ ਮੈਂ ਬੈਨ ਕੋ ਰੁਪਿਆ ਹੋਇਆ ਤੇ 10 ਰੁਪਏ ਛਾਲ ਮਾਰ ਨਹੀਂ ਲੱਗਣੀ ਉਹ ਬਾਹਰ ਆਣੇ ਛਾਲ ਮਾਰਾ ਤੇ ਫਿਰ ਗੱਲ ਬਣੀ ਇਸਾ ਮਤਲਬ ਨਿੱਕੇ ਸਿਸਟਮ ਤੋਂ ਸ਼ੁਰੂ ਕਰਿਆ ਤਾਂ ਆਸਾ ਆਸਾ ਅਪਰ ਜਾ ਅਪਰ ਜਾ ਬਾਕੀ ਕੋਈ ਚਾਚਾ ਸੋ ਇਹਨਾਂ ਮਾਲ ਮਵੇਸ਼ੀ ਬੜੀ ਗੁਜ਼ਾਰਾ ਕਰਨਾ ਪਿਆ ਜਾਂ ਕੋਈ ਹੋਰ ਸਿਸਟਮ ਹੀ ਆਇਆ ਨਹੀਂ ਨਹੀਂ ਮਾਲ ਨਹੀਂ ਮਾਲਾ ਕੋਈ ਬਾਹਰ ਛੱਡ ਨਹੀਂ ਮੈਂ ਇਹ ਮਾਲ ਮਵੇਸ਼ੀ ਵੇਚੀ ਤੇ ਗੁਜ਼ਾਰਾ ਕਰਨਾ ਗੁਜ਼ਾਰਾ ਕਰਨਾ ਇਤਨਾ ਹੋ ਜਾਣਾ ਗੁਜ਼ਾਰਾ ਬਸ ਬਿਕੀ ਜਾਣਾ ਅੱਲਾ ਰਜ਼ਾਕ ਗੁਜ਼ਾਰ ਨਹੀਂ ਰੇਟ ਕਿਆ ਚੱਲੀ ਰਿਹਾ ਜਨਵਾਰਾਂ ਦਾ ਅੱਜ ਕੱਲ ਜਨਵਾਰਾਂ ਦਾ ਰੇਟ ਬਹੁਤ ਮਹਿੰਗਾ ਹੈ ਬਸ ਇਸ ਲਈ ਇਹ ਜਨਵਾਰ ਜਿਹੜਾ 4-4 ਲੱਖ 3-3 ਲੱਖ ਰੁਪਏ ਦਾ ਇਸ ਮੰਚ ਤੇ ਗਈਆਂ ਗਈਆਂ ਜਿਹੜੀਆਂ ਗਈਆਂ ਮਹਿੰਗੀਆਂ ਲੱਖਾਂ ਤੋਂ ਉੱਪਰ ਥੱਲੇ ਤੇ ਹਾਂ ਇਸ ਦਾ ਮਤਲਬ ਬੰਦਾ ਘਰ ਸਹੀ ਰਹੇ ਸਹੀ ਰਹੇ ਹੋਰ ਕਿਆ ਇਹ ਜਨਵਾਰੀ ਨਹੀਂ ਹਸਪੀਟਲ ਟਿਕਣੇ ਨਹੀਂ ਤਾਂ ਬਸ ਇਹ ਫਿਰ ਮੈਂ ਭਾਈ ਹੈ ਇਸ ਦੌਰਾਨ ਹਿਸਾਬ ਲਾਓ ਜੇ ਤੁਸੀਂ ਰੋਟੀ ਇੱਕ ਕਿੰਨੇ ਹੋ ਜੀ ਮਿਸਾਲ ਹੈ ਹੋਟਲ ਵਾਲੇ ਉੱਪਰੋਂ ਤਾਂ ਉਹ 500,000 ਰੁਪਇਆ ਲਾਈ ਕਿੰਨਾ ਇਕੱਲੇ ਬੰਦੇ ਨਾਲ ਜਾਂ ਦੋਵਾਂ ਨਾਲ ਲਾਉਣਾ ਹੈ ਤਾਂ ਉਹ ਹਿਸਾਬ ਲਓ ਰੋਟੀ 1,000 ਰੁਪਏ ਸਸਤੀ ਹੈ ਮਹਿੰਗੀ ਹੈ ਬਸ ਇਹ ਸੋਚਣਾ ਬਾਕੀ ਚਾਚਾ ਤਾਂ ਸਭ ਹੈ ਅਸਾਂ ਜੱਟ ਜ਼ਿੰਮੇਦਾਰਾਂ ਕੀ ਕਾਸਵੀ ਨਾ ਹਾਂ ਅਸਾਂ ਜ਼ਿੰਮੇਦਾਰ ਹਾਂ ਜੀ ਅਸਾਂ ਕਾਸਵੀ ਜ਼ਮੀਨ ਵੀ ਨਹੀਂ ਰਹਿਣੀ ਕੋਣੀ ਜੀ ਜ਼ਮੀਨ ਰਹਿਣੀ ਆ ਇਹ ਜ਼ਰ ਮਾਲਾ ਸਹੀ ਹੋਣੀ ਸੀ ਮਾਲਾ ਬਸ ਬਾਕੀ ਆਪਣੇ ਦਾਣੇ ਹੋ ਜਾਣੇ ਆਪਣੇ ਦਾਣੇ ਥੋੜੇ ਮਚੋਣੇ ਪਰ ਮੁੱਲੇ ਕਿੰਨੇ ਪਈ ਜਨਵਾਰਾਂ ਵਾਸਤੇ ਹੋਈ ਜਾਂ ਤਾਂ ਆਪਣੇ ਵਾਸਤੇ ਕੀ ਨਹੀਂ ਆਉਣਾ ਚਾਚਾ ਨਹੀਂ ਜਨਵਾਰ ਵੀ ਖਾਣੇ ਆਪਣੂ ਖਾਣਾ ਪੜਾ ਮੁੱਲੇ ਵੀ ਆਉਣਾ ਜਨਵਾਰ ਤਾਂ ਭੋਗ ਖਾਣੇ ਅਸਲ ਜਨਵਾਰ ਭੋਗ ਖਾਣੇ ਇਹ ਖਾਲੀ ਤਾਂ ਨਹੀਂ ਖਾਣੇ ਇਹਨੇ ਕੁਝ ਪੈਰਾਂ ਦਾ ਖਾਣੇ ਨਾ ਦਾਣੇ ਨਾਲ ਖਾਣੇ ਦਾਣੇ ਛਾਣੇ ਸਭ ਕੁਝ ਬਾਣੇ ਪੈਣਾ ਕੁੱਕੜ ਸ਼ੁੱਕੜ ਵੀ ਰੱਖਿਓ ਕੁੱਕੜ ਕੁੱਕੜਾ ਦੋ ਤੇ 4-5 ਹਾਂ ਮੈਂ ਸਹੀ ਗੱਲ ਦੱਸਾਂ ਇਹ ਕੁੱਤਾ ਮਾੜਾ ਇੱਕ ਤਾਂ ਯਾਰ ਇੱਕੋ ਉੱਪਰ ਮੈਂ ਵੇਲੀ ਪੜਿਆ ਉਹ ਫਿਰ ਦੁਆ ਹੋ ਸੀ ਟਾਪਾ ਖਾਣੇ ਵਾਲਾ ਨਾ ਨਾ ਟਾਪਾ ਨਹੀਂ ਖਾਣੇ ਦਾ ਮਿਕਸ ਹੈ ਅੱਲਾ ਜਨਾ ਸ਼ਾਮੀ 5 ਰੱਟੀਆਂ ਉਸਕੀ ਬਾਈ ਨਾ 5 ਰੱਟੀਆਂ ਇੱਕ ਵਜੇ ਨਾ ਖਾਣਾ 5 ਸ਼ਾਮੀ ਤੇ 5 ਦਿਹਾੜੀ 5 ਦਿਹਾੜੀ ਸਵੇਰੇ 10 ਰੱਟੀਆਂ ਬਾਈ ਨਾਲ ਸ਼ਾਮੀ ਉਸਾ ਕੰਮ ਕਿਹਾ ਚਾਚਾ ਕੰਮ ਹੀ ਹੈ ਰਾਖੀ ਕਰਨੀ ਚਾਚਾ ਇਹ ਬਹੁਤ ਮਿਕੀ ਪੁਰਾਣੇ ਦੌਰ 'ਚ ਜ਼ਿਆਦਾ ਜ਼ਿੰਮੇਦਾਰਾਂ ਹੋਣਾ ਸੀ ਉਹ ਕਹਿ ਜਾਣਾ ਸੀ ਤਾਂ ਅੱਜ ਕੱਲ੍ਹ ਦੇ ਦੌਰ 'ਚ ਜ਼ਿਆਦਾ ਜ਼ਿੰਮੇਦਾਰਾਂ ਹੋਣਾ ਪੁਰਾਣਾ ਦੌਰ ਨਾ ਲੱਭਣਾ ਨਾ ਲੱਭੀ ਸਕਣਾ ਪੁਰਾਣਾ ਦੌਰ ਪਾਈ ਦੀ ਹੱਲਾਂ ਸਨ ਹੱਲਾਂ ਬਾੜੀਆਂ ਲੈਣੇ ਸਨ ਮਾਝ ਦੇਣੇ ਸਨ ਦਾਣ ਬੜੇ ਬੜੇ ਚੰਗੇ ਰੱਖੇ ਹੋਣੇ ਸਨ ਤਾਂ 5 ਕਨਾਲੀ ਬੇਗਾ ਲਈ ਤਾਂ ਮਾਝ ਬੇ ਤੇ ਘਰ ਜਾਣੇ ਸਨ ਹੱਥ ਮਤਾਉਣੇ ਰੋਟੀਆਂ ਖਾਣੇ ਸਨ ਅੱਗੇ ਹੱਥ ਨਿਕਲਣੇ ਮਾਰੇ ਬਣ ਸਨ ਹੁਣ ਉਹ ਗੱਲ ਕੋਣੀ ਹੁਣ ਟਰੈਕਟਰ ਰੁਪਈਏ ਆਏ ਤਾਂ ਲਵਾਈ ਕੋਲੋਂ ਨਹੀਂ ਦਿੱਤਾ ਅਗਲਾ ਲਾਭ ਆਈ ਗੱਲ ਸਿੱਧੀ ਡੰਗਰਾਂ ਸਾਂ ਕਰਨੇ ਸਾਂ ਬਾੜੀ ਲੈਣੇ ਦੇ ਕਣਕਾਂ ਰਹਿਣੇ ਦੇ ਹੱਥਾਂ ਦਾ ਇਸਰਾ ਦਿਹਾੜੀ ਜਿਸ ਵੇਲੇ ਸਾਨੂੰ ਦਾਣਾ ਪਿੱਛਾ ਕਿਤਨਾ ਲੈ ਜਾਂਦੇ ਹੋਣੇ ਸਾਂ ਬਾੜੀ ਅਸਾਂ ਦਾਣਾ ਪਿੱਛਾ ਜਨਾਬ 5-5 6-6 ਬੇਗੇ ਬਾੜੀਆਂ ਲੈ ਜਾਂਦੇ ਸਾਂ ਨਾਲ ਹੀ ਨਾਲ ਲਾਉਣੀ ਉਸ ਨਾਲ 4-4 ਲਾਉਣੀਆਂ ਸਨ ਨਾਲ 5-5 ਹਾਲੀ ਲਾਉਣੇ ਸਾਂ ਰਹਿਣੇ ਸਨ ਹੁਣ ਤਾਂ ਉਹ ਗੱਲ ਹੀ ਕੋਣੀ ਬਾੜੀ 'ਚ ਕੁਛ ਪੁੱਛਣਾ ਕੋਣੀ ਸਲਾਹ ਦੇਣਾ ਨਹੀਂ ਕੋਣ ਗੱਲ ਤਾਂ ਦੂਰ ਹੈ ਹੁਣ ਟਰੈਕਟਰ ਆ ਗਿਆ ਮਸ਼ੀਨਾਂ ਦੌਰ ਆ ਜਾਓ ਮਸ਼ੀਨ ਦੌਰ ਬਾੜੀ ਲੈਸਣ ਤਾਂ ਤੁਸੀਂ ਘਰ ਬੈਠੇ ਬਾੜੀ ਲੈਤੀ ਅਸੀਂ ਥੋੜ੍ਹੇ ਪੇਮੈਂਟ ਜ਼ਿਆਦਾ ਕੰਮ ਹੋ ਜਾਣਾ ਬਸ ਚਾਚਾ ਹੁਣ ਤਾਂ ਤੁਸੀਂ ਆਪੇ ਮਸ਼ੀਨਾਂ ਲਵਾਉਣੀਆਂ ਸਭ ਬਾੜੀਆਂ ਫਿਰ ਲਵਾਉਣੀ ਪੈਣੀ ਉਹਨੂੰ ਕਹਿ ਕੇ ਜੀ ਮਜਬੂਰੀ ਹੈ ਨਾ ਬਾਕੀ ਹੁਣ ਜੁਲਿਆਂ ਜੀ ਚਾਚੇ ਨਾਲ ਕਾਫੀ ਗੱਪ ਹੋਈ ਆ ਅੱਗੇ ਜੀ ਗਈਆਂ ਛਈਆਂ ਚਾਚੇ ਨਾਲ ਰੱਖੀਆਂ ਗਈਆਂ ਮੈਂ ਆਸਾਂ ਨਾ ਤੇ ਜੇ ਉੱਠਾ ਜਿਸੋਂ ਜੋ ਉੱਪਰ ਵੇਲੀ ਹੈ ਉਹ ਸੰਗੀ ਚੱਕਰਾਂ ਨੇ